ਆਹ ਮੇਰੀ ਪਹਿਲੀ ਦਰਖਾਸਤ ਆ ਮਾਣਯੋਗ SSP ਸਾਹਿਬ ਨੂੰ ਦਿੱਤੀ ਹੋਈ। ਠੀਕ ਹੈ, ਦੂਜੀ ਦਰਖਾਸਤ ਆ ਨਾਲ ਸਾਰਾ ਕੁਛ ਲਾਇਆ ਉਹਨਾਂ ਦੇ ਵਟਸਐਪ 'ਤੇ ਜਿਹੜੀਆਂ ਉਹਨਾਂ ਨੇ ਧਮਕੀਆਂ ਦਿੱਤੀਆਂ, ਗੱਡੀ ਦਾ ਜਿਹੜਾ ਨੁਕਸਾਨ ਕੀਤਾ ਸਾਰਾ ਕੁਛ ਲਾਇਆ ਮੈਂ। ਅਤੇ ਆਪਾਂ ਪ੍ਰਸ਼ਾਸਨ ਆਪਦੀ ਗਲਤੀ ਕਦੋਂ ਮੰਨੂਗਾ? ਦਰਖਾਸਤਾਂ ਮੈਂ ਕਿੰਨਾ ਟਾਈਮ ਮੈਂ ਆਪਦੇ ਝੱਗੇ ਦੇ ਲਾ ਕੇ ਘੁੰਮ ਲੈਂਦਾ, ਕਿੱਥੇ ਵੀ ਲਵਾ ਲੂੰਗਾ, ਐਂ ਸਾਰੀਆਂ ਕਰਕੇ ਆਏ ਇਕੱਲੀ ਇਕੱਲੀ ਲਵਾ ਕੇ ਘੁੰਮ ਲਿਆ ਕਰੂੰ। ਕੱਲ੍ਹ ਨੂੰ ਥਰੈਟ ਇੰਨੇ ਆਏ ਆ, ਮੈਨੂੰ ਪਤਾ ਇੱਕ ਨਾ ਇੱਕ ਦਿਨ ਮੇਰਾ ਕਿਸੇ ਨੇ ਕੰਮ ਕਰ ਜਾਣਾ। ਜੇ ਮੈਨੂੰ ਕੱਲ੍ਹ ਨੂੰ ਕੁਛ ਹੁੰਦਾ ਤਾਂ ਪੰਜਾਬ ਪੁਲਿਸ ਆ ਜਿਹੜੀ ਉਹ ਜ਼ਿੰਮੇਵਾਰ ਹੋਊਗੀ, ਜਿਨ੍ਹਾਂ ਕੋਲ ਮੈਂ ਆ ਦਰਖਾਸਤਾਂ ਲਿਖਾਈਆਂ ਹੋਈਆਂ ਨੇ। ਅੱਜ ਜਗਰਾਵਾਂ ਦੇ ਵਿੱਚ 5 ਨੰਬਰ ਚੁੰਗੀ ਦੇ ਬਾਹਰ ਮੇਰੀ ਗੱਡੀ ਦੇ ਆਹ, ਚਲੋ ਮੈਂ ਮੰਨਦਾ, ਜਾਲੀਆਂ ਲੱਗੀਆਂ ਹੋਈਆਂ ਸੀਗੀਆਂ। ਠੀਕ ਹੈ, ਆਹ ਮੇਰਾ ਇਹਨਾਂ ਨੇ ਚਲਾਨ ਕੀਤਾ ਗਾ, ਚਲੋ ਇਹਨਾਂ ਨੇ ਆਪਦਾ ਫਰਜ਼ ਨਿਭਾਤਾ, ਚਲਾਨ ਆਪਣਾ ਕਰਤਾ, ਕੋਈ ਗੱਲ ਨਹੀਂ, ਚਲਾਨ ਭੁਗਤ ਵੀ ਲਵਾਂਗੇ। ਮੈਂ ਮੰਨ ਲੈਂਦਾ ਚੱਲ ਮੇਰੀ ਗਲਤੀ ਆ ਭਾਈ, ਗੱਡੀ ਦੇ ਜਾਲੀਆਂ ਲੱਗੀਆਂ ਹੋਈਆਂ ਸੀ। ਜਾਲੀਆਂ ਕਿਉਂ ਲਾਈਆਂ ਮੈਂ ਤੁਹਾਨੂੰ ਉਹਦਾ ਵੀ ਸਬੂਤ ਅਗਲਾ ਦੇ ਦਿੰਦਾ। ਆਹ ਮੇਰੀ ਪਹਿਲੀ ਦਰਖਾਸਤ ਆ ਮਾਣਯੋਗ SSP ਸਾਹਿਬ ਨੂੰ ਦਿੱਤੀ ਹੋਈ, ਕੋਈ ਕਾਰਵਾਈ ਨਹੀਂ ਹੋਈ। ਇਹਨਾਂ ਨੇ ਜਿੱਦਾਂ ਬਾਈ ਸਿੱਧੂ ਮੂਸੇਵਾਲੇ ਦੀ ਬਰਸੀ ਸੀਗੀ, ਉਦੋਂ ਇੱਕ ਦਿਨ ਪਹਿਲਾਂ ਮੈਨੂੰ ਫੋਨ ਲਾ ਕੇ ਇਹਨਾਂ ਨੇ ਆਪ ਥਾਣੇ ਦੇ ਵਿੱਚ ਬੁਲਾਇਆ, ਆਪ ਮੇਰੇ ਤੋਂ ਦਰਖਾਸਤ ਲਿਖਾਈ ਵੀ ਤੈਨੂੰ ਥਰੈਟ ਆਉਂਦੇ ਆ, ਵੀ ਤੈਨੂੰ ਧਮਕੀਆਂ ਆਉਂਦੀਆਂ ਨੇ, ਦਰਖਾਸਤ ਲਿਖ ਕੇ ਜਾ ਪੁੱਤ, ਜਿਹੜੇ ਬੰਦੇ ਤੈਨੂੰ ਥਰੈਟ ਦਿੰਦੇ ਆ ਕਾਰਵਾਈ ਕਰਾਂਗੇ। ਆਹ ਮੈਂ ਦਰਖਾਸਤ ਦੇ ਕੇ ਆਇਆ, ਕੋਈ ਕਾਰਵਾਈ ਨਹੀਂ ਹੋਈ ਉਸ ਬੰਦੇ 'ਤੇ, ਬਸ ਇਦੂ ਬਾਅਦ 'ਚ ਕੌਣ ਪੁੱਛਦਾ ਤੁਹਾਨੂੰ ਪਤਾ ਹੀ ਆ। ਉਦੋਂ ਬਾਅਦ 'ਚੋਂ ਆ ਦੂਜੀ ਦਰਖਾਸਤ, ਠੀਕ ਹੈ, ਦੂਜੀ ਦਰਖਾਸਤ ਆ ਨਾਲ ਸਾਰਾ ਕੁਛ ਲਾਇਆ ਉਹਨਾਂ ਦੇ ਵਟਸਐਪ 'ਤੇ ਜਿਹੜੀਆਂ ਉਹਨਾਂ ਨੇ ਧਮਕੀਆਂ ਦਿੱਤੀਆਂ, ਗੱਡੀ ਦਾ ਜਿਹੜਾ ਨੁਕਸਾਨ ਕੀਤਾ ਸਾਰਾ ਕੁਛ ਲਾਇਆ ਮੈਂ। ਚਲੋ ਜੀ, ਕੋਈ ਕਾਰਵਾਈ ਨਹੀਂ ਹੋਈ। ਆ ਗਈ ਤੀਜੀ ਦਰਖਾਸਤ SSP ਸਾਹਿਬ ਦੇ, ਆਹ ਦੇਖ ਲਓ, ਆਹ ਦਰਖਾਸਤਾਂ ਦੇ ਥੱਬੇ ਚੱਕੀ ਫਿਰਦਾ ਮੈਂ, ਆਹ ਨੰਬਰ ਆ ਤਾਂ ਵੀ ਆਹ ਨੰਬਰਾਂ ਤੋਂ ਹੀ ਧਮਕੀਆਂ ਆਉਂਦੀਆਂ ਨੇ, ਕੋਈ ਕਾਰਵਾਈ ਨਹੀਂ। ਅਤੇ ਆਹ ਫਿਲਮ ਲੱਗੀ ਆ, ਜਾਲੀ ਲੱਗੀ ਆ, ਮਿੰਟ ਦੇ ਵਿੱਚ ਚਲਾਨ ਕੱਟ ਕੇ ਮੇਰੇ ਹੱਥ 'ਚ ਫੜਾਤਾ ਵੀ ਭਾਈ ਚਲਾਨ ਕਰਕੇ ਵੀ ਆਪਦਾ ਭਰ ਕੇ ਆ। ਮੈਨੂੰ ਤੁਸੀਂ ਐਂ ਦੱਸੋ ਹੁਣ ਆਮ ਬੰਦਾ ਜਾਵੇ ਤਾਂ ਕਿੱਥੇ ਜਾਵੇ? ਹੁਣ ਕੱਲ੍ਹ ਨੂੰ ਜੇ ਮੈਨੂੰ ਕੁਛ ਹੁੰਦਾ, ਜੇ ਕੱਲ੍ਹ ਨੂੰ ਥਰੈਟ ਇੰਨੇ ਆਏ ਆ, ਮੈਨੂੰ ਪਤਾ ਇੱਕ ਨਾ ਇੱਕ ਦਿਨ ਮੇਰਾ ਕਿਸੇ ਨੇ ਕੰਮ ਕਰ ਜਾਣਾ, ਜੇ ਮੈਨੂੰ ਕੱਲ੍ਹ ਨੂੰ ਕੁਛ ਹੁੰਦਾ ਤਾਂ ਪੰਜਾਬ ਪੁਲਿਸ ਆ ਜਿਹੜੀ ਉਹ ਜ਼ਿੰਮੇਵਾਰ ਹੋਊਗੀ, ਜਿਨ੍ਹਾਂ ਕੋਲ ਮੈਂ ਆ ਦਰਖਾਸਤਾਂ ਲਿਖਾਈਆਂ ਹੋਈਆਂ ਨੇ, ਜਿਨ੍ਹਾਂ ਕੋਲ ਮੇਰੀਆਂ ਦਰਖਾਸਤਾਂ ਪਈਆਂ ਨੇ, ਉਹ ਅਫਸਰ ਆ ਜਿਹੜੇ ਉਹ ਜ਼ਿੰਮੇਵਾਰ ਹੋਣਗੇ। ਸੌਂ ਲੱਗੇ ਦਿਲ 'ਤੇ ਪੱਥਰ ਰੱਖ ਕੇ ਅੱਜ ਮੈਂ ਇਹ ਵੀਡੀਓ ਬਣਾ ਰਿਹਾ, ਇਹ ਮੈਂ ਇਸੇ ਕਰਕੇ ਸਾਂਭ ਕੇ ਰੱਖੀਆਂ ਸੀ ਡੈਸ਼ਬੋਰਡ ਦੇ ਵਿੱਚ। ਇੱਥੇ ਜਗਰਾਵਾਂ ਦੇ ਵਿੱਚ ਵੀ ਮੇਰੀ ਗੱਡੀ ਜਿਹੜੀ ਭੰਨੀ ਗਈ ਆ, ਚਾਹ ਜਾਲੀਆਂ ਲਾ ਕੇ ਮੈਂ ਲੰਘਿਆ, ਇਹਨਾਂ ਨੂੰ ਕੋਆਪਰੇਟ ਕਰਨਾ ਚਾਹੀਦਾ ਸੀ ਕਿ ਨਹੀਂ ਕਰਨਾ ਚਾਹੀਦਾ ਸੀ, ਮੈਨੂੰ ਐਂ ਦੱਸੋ। ਜਦੋਂ ਤਾਂ ਮੈਨੂੰ ਕਰਨਾ ਹੁੰਦਾ ਗਾ ਨਜ਼ਰਬੰਦ, ਉਦੋਂ ਵੀ ਮਿੰਟੋ ਮਿੰਟ ਆ ਜਾਂਦੇ ਆ ਵੀ ਆ ਜਾ ਭਾਈ, ਨਜ਼ਰਬੰਦ ਕਰ ਦਈਏ, ਥਾਣੇ 'ਚ ਰੱਖ ਲਈਏ, ਸਵੇਰੇ ਸ਼ਾਮ ਮੈਨੂੰ ਉੱਥੇ ਬਿਠਾ ਕੇ ਤੋੜ ਦਿੰਦੇ ਆ। ਠੀਕ ਆ, ਉਦੋਂ ਰਫ਼ਤਾਰ ਯਾਦ ਆ ਜਾਂਦਾ, ਹੁਣ ਇਹਨਾਂ ਨੂੰ ਐਂ ਨਹੀਂ ਦਿੰਦਾ, ਮੈਂ ਆਪਦੇ ਘਰ ਲਈ ਤੁਰਿਆ ਫਿਰਦਾ, ਮੈਨੂੰ ਐਂ ਦੱਸ ਦਿਉ। ਆਹ ਇਕੱਲੀ ਇਕੱਲੀ ਜੇ ਮੇਰੇ ਕੋਲ ਪ੍ਰੂਫ ਨਾ ਹੁੰਦੇ ਫਿਰ ਇਹ ਗੱਲ ਕਰਨ, ਫਿਰ ਇਹਨਾਂ ਨੇ ਕਿਹਾ, ਕਹਿੰਦੇ ਜੀ ਸਾਡੀ ਡਿਊਟੀ ਆ ਜਿਹੜੇ ਅਫਸਰਾਂ ਦੇ ਕੋਲ ਤੂੰ ਦਰਖਾਸਤਾਂ ਲਿਖਾਈਆਂ ਜਾ ਕੇ ਉਹਨਾਂ ਨਾਲ ਗੱਲ ਕਰ। ਹੁਣ ਉਹਨਾਂ ਨੇ ਕੀ ਗੱਲ ਕਰਾਂ ਮੈਂ, ਮੈਨੂੰ ਐਂ ਦੱਸ ਦਿਉ ਤੁਸੀਂ। ਜੇ ਮੇਰਾ ਕਸੂਰ ਆ, ਮੈਂ ਮੰਨ ਲਈ ਗਲਤੀ, ਮੇਰੀ ਗਲਤੀ ਹੈ ਭਾਈ ਜਾਲੀਆਂ ਲਾਈਆਂ, ਚੱਲ ਮੰਨ ਲਈ, ਚਲਾਨ ਕੱਟਦਾ ਡਿਊਟੀ ਆ, ਮੰਨ ਲਈ ਗਲਤੀ, ਇਹਨਾਂ ਦੀ ਇਹ ਡਿਊਟੀ ਨਹੀਂ ਬਣਦੀ ਵੀ ਆਮ ਬੰਦੇ ਨੂੰ ਇੰਨੇ ਥਰੈਟ ਆਉਂਦੇ ਆ, ਜਿਹੜਾ ਬੰਦਾ ਧਮਕੀ ਦਿੰਦਾ ਉਹਨੂੰ ਅਸੀਂ ਫੜੀਏ, ਉਹਦੇ ਖਿਲਾਫ਼ ਕਾਰਵਾਈ ਕਰੀਏ, ਉਹਦੇ 'ਤੇ ਕਾਰਵਾਈ ਕਿਹਨੇ ਕਰਨੀ ਆ? ਆਹ ਵੀਡੀਓ ਮੇਰੀ ਮਾਣਯੋਗ SSP ਸਾਹਿਬ ਤੱਕ ਵੀ ਜਾਣੀ ਚਾਹੀਦੀ ਹੈ, ਜਗਰਾਵਾਂ ਦੇ ਵਿੱਚ ਮੈਂ ਆਪਦੀ ਗਲਤੀ ਮੰਨਦਾ ਹੀ ਜਾਲੀਆਂ ਲਾਈਆਂ ਨੇ, ਅਤੇ ਆਪਾਂ ਪ੍ਰਸ਼ਾਸਨ ਆਪਦੀ ਗਲਤੀ ਕਦੋਂ ਮੰਨੂਗਾ? ਦਰਖਾਸਤਾਂ ਮੈਂ ਕਿੰਨਾ ਟਾਈਮ ਮੈਂ ਆਪਦੇ ਝੱਗੇ ਦੇ ਲਾ ਕੇ ਘੁੰਮ ਲੈਂਦਾ, ਇੱਥੇ ਗੱਡੀ ਦਾ ਇੱਥੇ ਵੀ ਲਵਾ ਲੂੰਗਾ, ਐਂ ਸਾਰੀਆਂ ਕਰਕੇ ਆਏ ਇਕੱਲੀ ਇਕੱਲੀ ਲਵਾ ਕੇ ਘੁੰਮ ਲਿਆ ਕਰੂੰ। ਫਿਰ ਜਿੱਦੇ ਪਾਈ ਜਾਂਦਾ ਬੰਦੇ ਦਾ ਭੋਗ ਆ, ਉੱਦੇ ਤੁਸੀਂ ਕਹਿੰਦੇ ਹੋ ਐਂ ਹੋ ਗਿਆ, ਫਲਾਨਾ ਹੋ ਗਿਆ, ਉਹਦੇ ਪਰਿਵਾਰ ਨੂੰ ਵੀ ਸਿਕਿਉਰਿਟੀਆਂ ਦੇਣ ਲੱਗ ਜਾਂਦੇ ਹੋ ਤੁਸੀਂ ਉਹਨਾਂ ਦੇ। ਮੈਨੂੰ ਕੋਈ ਚੱਕਰ ਨਹੀਂ ਹੈ, 2,000 ਰੁਪਈਆ ਗਾ, 3,000, 10,000, 15,000 ਮੈਂ ਭਰਿਆਉਂ ਚਲਾਨ, ਮੈਨੂੰ ਕੋਈ ਚੱਕਰ ਨਹੀਂ। ਦਿਲ ਤਾਂ ਉਦੋਂ ਦੁਖਦਾ ਜਦੋਂ ਸਰ ਇੰਨੇ ਥਰੈਟ ਆਏ ਹੁੰਦੇ ਆ, ਪੰਜਾਬ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ। ਮੈਨੂੰ ਦੱਸ ਦਿਉ ਤੁਸੀਂ ਕਿਹੜੇ ਖੂਹ 'ਚ ਜਾਈਏ ਅਸੀਂ, ਉਹ ਖੂਹ ਮੈਨੂੰ ਪੱਟ ਕੇ ਦੇ ਦਿਉ, ਮੈਂ ਜਾ ਕੇ ਛਾਲ ਮਾਰ ਦਿੰਦਾ ਉਹ 'ਚ ਜਾ ਕੇ। ਇੰਨਾ ਦੁਖੀ ਹੋ ਕੇ ਮੈਂ ਇਹ ਗੱਲ ਕਹਿ ਰਿਹਾ,
ਅਗਲੀ ਗੱਲ ਦੇਖ ਲਿਓ, ਜਿੰਨੇ ਚਲਾਨ ਹੋਣਗੇ ਇੱਥੇ ਇੱਕ ਵੀ ਵੱਡੀ ਗੱਡੀ ਵਾਲਾ ਵੇ ਬੰਦਾ ਰੋਕ ਕੇ ਦਿਖਾ ਦੇਣ, 90% ਮੋਟਰਸਾਈਕਲ ਵਾਲੇ ਦੇ ਚਲਾਨ ਹੋਣਗੇ, ਇੱਥੋਂ ਤੱਕ ਰਿਕਸ਼ੇ ਵਾਲੇ ਦਾ ਵੀ ਕੱਟ ਦੇਣਗੇ। ਇੱਥੇ ਵੱਡੀ ਗੱਡੀ ਕੋਈ ਰੋਕਦੀ ਦਿਖਾ ਦਿਓ, ਲੈ ਆ ਜਾਂਦੀ ਆ ਸਕਾਰਪੀਓ ਦਿਖਾ ਦੇ, ਲੈ ਆ ਰੋਕੋ ਇਹਨੂੰ, ਲੈ ਉਹ ਜਾਂਦੀ ਆ ਆ ਫਿਲਮ ਲੱਗੀ ਵਾਲਾ, ਉਹ ਪਿੱਛੇ ਨੰਬਰ ਪਲੇਟ ਵੀ ਹੈ ਨਹੀਂ, ਲੈ ਰੋਕ ਲੈਣ, ਪੈਂਦੇ ਹੀ ਨਹੀਂ ਜਿਗਰਾ, ਪੈਂਦੇ ਹੀ ਨਹੀਂ, ਲੱਤਾਂ ਨਹੀਂ ਭਾਰ ਝੱਲਦੀਆਂ ਸਾਡੇ ਵਰਗੇ ਬੰਦਿਆਂ ਨੂੰ ਮਿੰਟ 'ਚ ਚਲਾਨ ਕੱਟ ਕੇ, ਲੋਕ ਪਤਾ ਨਹੀਂ ਕਿਉਂ ਨਹੀਂ ਬੋਲਦੇ, ਸਾਰੇ ਮਰੀਆਂ ਜ਼ਮੀਰਾਂ ਵਾਲੇ ਆ ਜਿੰਨੇ ਇੱਥੇ ਤੁਰੇ ਫਿਰਦੇ ਆ। ਉਹ ਜਾ ਉਹ ਜਾਬੜੀ ਫਿਲਮ, ਨਾ ਸਰਕਾਰੀ ਨੰਬਰ ਪਲੇਟ ਆ, ਨਾ ਉਹ 'ਤੇ ਕੁਛ ਹੋਰ ਆ, ਉਹ ਫਿਲਮ ਲੱਗੀ ਆ ਸਾਰੀ ਫਿਲਮ, ਇਹਨਾਂ ਨੂੰ ਦਿਸੀ ਨਹੀਂ, ਉਹ ਜਾਬੜੀ ਕੋਲ ਦੀ ਕਾਲੇ ਰੰਗ ਦੀ ਸਕਾਰਪੀਓ ਆਹ ਦਿਸ ਗਈ, ਨਾਲੇ ਬੰਦਾ ਕੋਈ ਚੋਰ ਬੈਠਾ ਇਹ 'ਚ, ਆਪਦਾ ਘਰ ਬਾਰ ਛੱਡੀ ਬੈਠਾ, ਸਾਰੇ ਕੁਛ ਛੱਡੀ ਬੈਠਾ ਮੈਂ, ਬਸ ਕੋਈ ਗੱਲ ਨਹੀਂ ਬਾਈ, ਬਹੁਤ ਬਹੁਤ ਧੰਨਵਾਦ, ਇਹਨਾਂ ਦਾ ਵੀ ਧੰਨਵਾਦ, ਚਲੇ ਗਏ ਬਸ, ਉਹ ਦਿਖਾ ਦੇ ਹੁਣ ਬਸ, ਬਸ ਚਲੇ ਗਏ, ਬਸ ਠੀਕ ਹੈ, ਧੰਨਵਾਦ ਆ ਇਹਨਾਂ ਦਾ ਵੀ, ਆਪਣਾ ਚਲਾਨ ਕੱਟਣਾ ਸੀ, ਲਾ ਕੇ ਡਿਊਟੀ ਆਪਦੀ ਕਰਕੇ ਚਲੇ ਗਏ, ਬਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਅਤੇ ਤੁਸੀਂ ਵੀ ਸੁੱਤੇ ਰਹੋ ਭਾਈ, ਪੰਜਾਬ ਆਈ ਬਚੂਗਾ।